ਅੱਜ 9 ਫਰਵਰੀ ਨੂੰ ਬਾਲਾ ਜੀ ਮੰਦਰ ਦੇ ਵਿੱਚ ਕਲਸ਼ ਯਾਤਰਾ, ਮੰਗਲ ਯਾਤਰਾ ਵੀ ਕਹਿ ਸਕਦੇ ਹਾਂ, ਮੰਗਲ ਕਲਸ਼ ਯਾਤਰਾ ਸ਼ੁਰੂ ਹੋਈ ਹੈ ਇਹ। ਅੱਜ ਤੋਂ ਮੰਦਰ ਦੇ ਮੂਰਤੀ ਸਥਾਪਨਾ ਦੇ ਜਿਹੜੇ ਸਾਰੇ ਪ੍ਰੋਗਰਾਮ ਹੈ ਉਹ ਸ਼ੁਰੂ ਹੋ ਚੁੱਕੇ ਹੈ। ਅੱਜ ਤੋਂ ਮਤਲਬ ਇਹ ਸ਼ੁਭ ਮਹੂਰਤ ਹੈ ਜਿਸ ਤੋਂ ਇਹ ਮੰਗਲ ਕਲਸ਼ ਯਾਤਰਾ ਤੋਂ ਸਾਰੇ ਪ੍ਰੋਗਰਾਮ ਸ਼ੁਰੂ ਕੀਤੇ ਗਏ। ਨਿਹਾਲ ਸਿੰਘ ਵਾਲਾ ਤਾਂ ਆਲ ਓਵਰ ਹੈ ਹੀ ਹੈ ਜੀ, ਹੋਰ ਆਸੇ ਪਾਸੇ ਪਿੰਡਾਂ 'ਚੋਂ, ਸ਼ਹਿਰਾਂ 'ਚੋਂ, ਹੋਰ ਵੀ ਬਹੁਤ ਜਗ੍ਹਾ ਤੋਂ ਕਲਸ਼ ਦੇ ਲੀੜੇ ਜਾਂਦੀਆਂ, ਜੋ ਕਿ ਬਹੁਤ ਸ਼ੁਭ ਕਾਰਜ ਹੁੰਦਾ ਜੀ। ਇਹ ਬਾਲਾ ਜੀ ਮੰਦਰ ਤੋਂ ਚੱਲੇਗੀ ਜੀ, ਚੌਂਕ ਵਿੱਚੋਂ ਹੁੰਦੀ ਹੋਈ ਦੁਰਗਾ ਮੰਦਰ, ਦੁਰਗਾ ਮੰਦਰ ਤੋਂ ਆਏਗੀ ਕ੍ਰਿਸ਼ਨਾ ਮੰਦਰ, ਕ੍ਰਿਸ਼ਨਾ ਮੰਦਰ ਤੋਂ ਵਾਪਸ ਬਾਲਾ ਜੀ ਮੰਦਰ ਆਏਗੀ। ਜੈ ਸ਼੍ਰੀ ਬਾਲਾ ਜੀ। ਪਹਿਲਾਂ ਜੈ ਸ਼੍ਰੀ ਸ਼ਾਹ। ਅੱਜ ਦਿਨ ਮੰਡੀ ਨਿਹਾਲ ਸਿੰਘ ਵਾਲਾ ਦੇ ਵਿੱਚ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ, ਜਿਸ ਸਾਰੀ ਲੇਡੀਜ਼ ਬਹੁਤ ਹੀ ਧੂਮਧਾਮ ਦੇ ਨਾਲ ਕਲਸ਼ ਯਾਤਰਾ ਕਰ ਰਹੀਆਂ ਨੇ। ਇਹਨਾਂ ਸਾਰਿਆਂ ਨੇ, ਤੁਸੀਂ ਦੇਖ ਸਕਦੇ ਹੋ, ਯੈਲੋ ਵਸਤਰ ਪਾਏ ਹੋਏ ਨੇ ਅਤੇ ਬਹੁਤ ਹੀ ਸ਼ਰਧਾ ਦੇ ਭਾਵ ਦੇ ਨਾਲ ਕਲਸ਼ ਯਾਤਰਾ ਦੇ ਵਿੱਚ ਹਾਸਿਲ ਹੋ ਰਹੇ ਨੇ ਔਰ ਹਰ ਇੱਕ ਮੰਦਰ ਦੇ ਵਿੱਚ ਜਾ ਕੇ ਇਹ ਜਲ ਭਰਵਾ ਕੇ ਕਲਸ਼ ਨੂੰ ਸਿਰ 'ਤੇ ਰੱਖਣਗੇ। ਅਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸ਼ਰਧਾ ਸਾਡੀ ਮੰਡੀ ਨਿਹਾਲ ਸਿੰਘ ਵਾਲਾ ਦੇ ਵਿੱਚ ਭਰਪੂਰ, ਤੁਸੀਂ ਦੇਖ ਸਕਦੇ ਹੋ ਅੱਜ। ਜੈ ਸ਼੍ਰੀ ਸ਼ਾਮ, ਜੈ ਸ਼੍ਰੀ ਬਾਲਾ ਜੀ। 14 ਤਰੀਕ ਨੂੰ ਨਿਹਾਲ ਸਿੰਘ ਵਾਲਾ ਵਿੱਚ ਬਾਲਾ ਜੀ ਮੰਦਰ 'ਚ ਮੂਰਤੀ ਪ੍ਰਾਣ ਪ੍ਰਤਿਸ਼ਠਾ ਹੋਣ ਜਾ ਰਹੀ ਹੈ। ਤੋ ਇਸ ਉਪਲਕਸ਼ੇ ਦੇ ਵਿੱਚ ਅਸੀਂ ਸਾਰੇ ਨਗਰ ਨਿਹਾਲ ਸਿੰਘ ਵਾਲਾ ਵਾਸੀਆਂ ਨੇ ਕਲਸ਼ ਯਾਤਰਾ ਕੱਢੀ ਹੈ। ਸਭ ਨੂੰ ਬਹੁਤ ਉਤਸ਼ਾਹ ਹੈ, ਬਹੁਤ ਖੁਸ਼ੀ ਹੈ, ਸਾਰੇ ਧੂਮਧਾਮ ਨਾਲ ਤਿਆਰ ਹੋ ਕੇ ਆਏ ਹੈ। ਤੁਸੀਂ ਦੇਖ ਸਕਦੇ ਹੋ ਸਾਰੇ ਕਿੰਨੇ ਉਤਸ਼ਾਹ ਦੇ ਨਾਲ ਮੰਦਿਰ 'ਚ ਆਏ ਨੇ, ਕਿੰਨੇ ਤਿਆਰ ਹੋ ਕੇ ਆਏ ਹਾਂ। ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ। ਬਾਲਾ ਜੀ ਸਭ ਦੇ ਉੱਪਰ ਆਪਣੀ ਕਿਰਪਾ ਬਣਾਈ ਰੱਖਣ, ਆਪਣਾ ਆਸ਼ੀਰਵਾਦ ਬਾਲਾ ਜੀ ਸਭ ਦੇ ਉੱਪਰ ਬਣਾਈ ਰੱਖਣ। ਜੈ ਸ਼੍ਰੀ ਸ਼ਾਮ, ਜੈ ਸ਼੍ਰੀ ਬਾਲਾ ਜੀ।
ਪਹਿਲਾਂ ਤਾਂ ਮੈਂ ਸ਼੍ਰੀ ਬਾਲਾ ਜੀ ਪਰਿਵਾਰ ਵੱਲੋਂ ਸਭ ਨੂੰ ਜੈ ਸ਼੍ਰੀ ਬਾਲਾ ਜੀ, ਜੈ ਸ਼੍ਰੀ ਸ਼ਾਮ। ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਕਲਸ਼ ਯਾਤਰਾ ਪੂਰੀ ਨਿਹਾਲ ਸਿੰਘ ਵਾਲਾ ਮੰਡੀ ਦੇ ਵਿੱਚ ਕੱਢੀ ਗਈ ਹੈ ਅਤੇ ਤੁਸੀਂ ਸਾਰੀ ਸੰਗਤ ਦਾ ਜਨੂੰਨ ਦੇਖ ਸਕਦੇ ਹੋ ਕਿ ਉਹ ਕਿੰਨੇ ਖੁਸ਼ ਹਨ, ਕਿਵੇਂ ਬਾਬਾ ਜੀ ਦੇ ਰੰਗ ਵਿੱਚ ਪੂਰਾ ਰੰਗੋ ਰੰਗ ਪ੍ਰੋਗਰਾਮ ਪਟਾਕੇ ਚਲਾਏ ਜਾ ਰਹੇ ਹਨ, ਨੱਚ ਰਹੇ ਹਨ। ਇਹੀ ਮੈਂ ਸਭ ਦਾ ਸਾਥ ਮੰਗਦਾ ਅੱਗੇ ਵੀ ਆਉਣ ਵਾਲਾ ਹਫ਼ਤਾ। ਇਹ ਪੂਰਾ ਹਫ਼ਤਾ ਪ੍ਰੋਗਰਾਮ ਚੱਲ ਰਿਹਾ, 13 ਤਰੀਕ ਨੂੰ ਮੂਰਤੀ ਸਥਾਪਨਾ ਹੋਣੀ ਹੈ, 14 ਨੂੰ ਵੀ ਪ੍ਰੋਗਰਾਮ ਹੈ, 16 ਨੂੰ ਵੀ ਜਾਗਰਣ ਕੀਤਾ ਜਾ ਰਿਹਾ। ਮੈਂ ਸਭ ਦਾ ਬਾਲਾ ਜੀ ਪਰਿਵਾਰ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ। ਜੈ ਸ਼੍ਰੀ ਬਾਲਾ, ਜੈ ਸ਼੍ਰੀ ਬਾਲਾ ਜੀ। ਬਾਕੀ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਤੋਂ ਲੈ ਕੇ, ਚਾਹੇ ਬੱਚੇ ਹੈ, ਚਾਹੇ ਯੂਥ ਹੈ, ਚਾਹੇ ਲੇਡੀਜ਼ ਹੈ, ਚਾਹੇ ਬਜ਼ੁਰਗ ਹੈ, ਸਭ ਦੇ ਵਿੱਚ ਹੀ ਬਹੁਤ ਹੀ ਸ਼ਰਧਾ ਹੈ। ਤੁਸੀਂ ਦੇਖ ਸਕਦੇ ਹੋ ਕਿ ਲੇਡੀਜ਼ ਜਿਨ੍ਹਾਂ ਨੇ ਕਿ ਯੈਲੋ ਸੂਟ ਪਾ ਕੇ ਨੱਚ ਟੱਪ ਕੇ ਕਿਵੇਂ ਸ਼ੁਭ ਧੂਮ ਧਾਮ ਨਾਲ ਮਨਾ ਰਹੇ ਹੈ। ਯੈਲੋ ਰੰਗ ਦਾ ਮਤਲਬ ਕੀ ਆ, ਇਹ ਕਿ ਬਹੁਤ ਹੀ ਸ਼ੁਭ ਰੰਗ ਮੰਨਿਆ ਜਾਂਦਾ। ਤੁਸੀਂ ਇਹ ਦੇਖ ਸਕਦੇ ਹੋ ਕਿ ਬੜਾ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ। ਅਸੀਂ ਅੱਗੇ ਵੀ ਲੇਡੀਜ਼ ਤੋਂ ਇਹੀ ਉਮੀਦ ਕਰਦੇ ਹਾਂ ਕਿ ਉਹ ਪੂਰਾ ਹੀ ਸ਼ਰਧਾ ਭਾਵ ਮਨਾਇਆ ਜਾਵੇ। ਜੈ ਸ਼੍ਰੀ ਕਾਲ। Thank you.
ਸਭ ਤੋਂ ਪਹਿਲਾਂ ਸਾਰੇ ਮੰਡੀ ਨਿਵਾਸੀਆਂ ਨੂੰ ਮੇਰੇ ਵੱਲੋਂ ਜੈ ਸ਼੍ਰੀ ਬਾਲਾ ਜੀ। ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਇਹ ਮੰਦਿਰ ਨਿਰਮਾਣ ਅਧੀਨ ਸੀ, ਕਈ ਸਾਲਾਂ ਤੋਂ ਇਸ ਦਾ ਕੰਮ ਚੱਲ ਰਿਹਾ ਸੀ, ਜੋ ਕਿ ਹੁਣ ਬਾਲਾ ਜੀ ਦੀ ਕਿਰਪਾ ਦੇ ਨਾਲ ਮੰਦਿਰ ਬਣ ਕੇ ਕੰਪਲੀਟ ਹੋ ਗਿਆ ਹੈ ਔਰ 14 ਤਰੀਕ ਨੂੰ ਮੰਦਿਰ ਦੇ ਵਿੱਚ ਮੂਰਤੀ ਸਥਾਪਨਾ ਕੀਤੀ ਜਾ ਰਹੀ ਹੈ, ਜੋ ਕਿ ਇੱਕ ਬਹੁਤ ਹੀ ਵੱਡੇ ਪ੍ਰੋਗਰਾਮ ਰੱਖਿਆ ਗਿਆ ਹੈ ਮੰਦਿਰ ਦੇ ਵਿੱਚ। ਅੱਜ ਕਲਸ਼ ਯਾਤਰਾ ਪੂਰੇ ਸ਼ਹਿਰ ਦੇ ਵਿੱਚ ਕੱਢੀ ਗਈ, ਲੇਡੀਜ਼ ਨੇ ਪੀਲੇ ਰੰਗ ਦੇ ਸੂਟ ਪਾ ਕੇ ਸ਼ੋਭਾ ਯਾਤਰਾ ਨੂੰ ਕਾਫੀ ਜ਼ਿਆਦਾ ਰੰਗੀਨ ਬਣਾਇਆ। ਬਹੁਤ ਵਧੀਆ ਮਾਹੌਲ ਰਿਹਾ, ਬਹੁਤ ਖੁਸ਼ਗਵਾਰ ਮਾਹੌਲ ਦੇ ਵਿੱਚ ਅੱਜ ਦੀ ਜੋ ਯਾਤਰਾ ਸੰਪੂਰਨ ਹੋਈ ਹੈ। 13 ਤਰੀਕ ਨੂੰ ਸਾਰੇ ਸ਼ਹਿਰ ਦੇ ਵਿੱਚ ਜੋ ਮੰਦਿਰ ਦੇ ਵਿੱਚ 14 ਤਰੀਕ ਨੂੰ ਮੂਰਤੀਆਂ ਸਥਾਪਿਤ ਕਰਨੀਆਂ ਹਨ, ਉਹਨਾਂ ਮੂਰਤੀਆਂ ਨੂੰ ਲੈ ਕੇ ਰਥ ਯਾਤਰਾ ਕੱਢੀ ਜਾ ਰਹੀ ਹੈ। ਸ਼ੋਭਾ ਯਾਤਰਾ ਸਾਰੀ ਮੰਡੀ ਦੇ ਵਿੱਚ ਸ਼ਹਿਰ ਸ਼ਹਿਰ ਦੇ ਗਲੀ ਗਲੀ ਦੇ ਵਿੱਚ ਕੱਢੀ ਜਾ ਰਹੀ ਹੈ ਔਰ 14 ਤਰੀਕ ਨੂੰ ਸੁਬਹਾ ਮੰਦਿਰ ਦੇ ਵਿੱਚ ਸ਼੍ਰੀ ਬਾਲਾ ਜੀ ਬਾਬਾ ਸ਼ਾਮ ਜੀ ਵਿਰਾਜਮਾਨ ਹੋਣਗੇ ਔਰ ਉਸ ਤੋਂ ਬਾਅਦ 16 ਤਰੀਕ ਨੂੰ ਇੱਕ ਬੱਬੇ ਵਿਸ਼ਾਲ ਕੀਰਤਨ ਰੱਖਿਆ ਗਿਆ ਹੈ, ਜਿਸ ਦੇ ਵਿੱਚ ਮੰਡੀ ਨਿਹਾਲ ਸਿੰਘ ਵਾਲ ਦੇ ਨਾਲ ਨਾਲ ਆਸੇ ਪਾਸਿਓਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੀਆਂ ਸੰਗਤਾਂ ਇੱਥੇ ਪਹੁੰਚ ਰਹੀਆਂ ਹਨ। ਖਾਸ ਕਰ ਗੱਲ ਇਹ ਹੈ ਕਿ ਬਾਲਾ ਜੀ ਦੇ ਭਗਤਾਂ ਦੇ ਵਿੱਚ ਜੋਸ਼ ਤੁਸੀਂ ਦੇਖ ਸਕਦੇ ਹੋ, ਇੰਨਾ ਜ਼ਿਆਦਾ ਜੋਸ਼ ਹੈ ਕਿ ਮੈਂ ਨਹੀਂ ਦੇਖਿਆ, ਕਾਬਿਲ ਤਾਰੀਫ ਜੋਸ਼ ਹੈ। ਬਹੁਤ ਜ਼ਿਆਦਾ ਉਤਸ਼ਾਹ ਮੰਗ ਹੈ, ਬੜੀ ਸ਼ਰਧਾ ਭਾਵਨਾ ਦੇ ਨਾਲ ਲੋਕ ਇਸ ਪਰਬ ਨੂੰ 8 ਦਿਨ ਲਗਾਤਾਰ ਇਹ ਪ੍ਰੋਗਰਾਮ ਚੱਲਣਗੇ, ਡੇ ਬਾਈ ਡੇ ਲੋਕ ਵੱਧ ਰਹੇ ਹੈ, ਬਹੁਤ ਜ਼ਿਆਦਾ ਮੰਡੀ ਨਿਵਾਸੀਆਂ ਦਾ ਸਹਿਯੋਗ ਮਿਲ ਰਿਹਾ ਹੈ। ਮੰਦਿਰ ਨੂੰ ਬਣਾਉਣ ਦੇ ਵਿੱਚ ਵੀ ਸਾਰੀ ਮੰਡੀ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ, ਸਾਰੀ ਮੰਡੀ ਦੇ ਔਰ ਆਸੇ ਪਾਸੇ ਏਰੀਏ ਦੇ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਮੰਦਿਰ ਦੀ ਸਥਾਪਨਾ ਕੀਤੀ ਗਈ ਹੈ ਔਰ ਸ਼ਾਮ ਬਾਬਾ ਔਰ ਬਾਲਾ ਜੀ ਮਹਾਰਾਜ ਵਿਰਾਜਮਾਨ ਹੋਰ ਜਾ ਰਹੇ ਹਨ, ਤਾਂ ਸਾਰੇ ਭਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹੈ। 13 ਤਰੀਕ ਨੂੰ ਜਿਸ ਤਰ੍ਹਾਂ ਮੂਰਤੀਆਂ ਦੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸ਼ਹਿਰ ਦੇ ਵਿੱਚ ਔਰ 14 ਤਰੀਕ ਨੂੰ ਮੂਰਤੀ ਸਥਾਪਨਾ ਹੈ ਔਰ 16 ਤਰੀਕ ਨੂੰ ਬੱਬੇ ਕੀਰਤਨ ਹੈ, ਤਾਂ ਮੈਂ ਸਮੂਹ ਮੰਡੀ ਨਿਵਾਸੀਆਂ ਨੂੰ ਔਰ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ, ਬੇਨਤੀ ਕਰਦਾ ਕਿ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਲਵਾਓ ਔਰ ਬਾਲਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ। ਜੈ ਸ਼੍ਰੀ ਬਾਲਾ ਜੀ। ਜੈ ਸ਼੍ਰੀ ਸ਼ਾਮ, ਜੈ ਸ਼੍ਰੀ ਬਾਲਾ ਜੀ। ਬਹੁਤ ਇੰਜੋਏ ਕੀਤਾ, ਜਿਵੇਂ ਕਿ 14 ਫਰਵਰੀ ਨੂੰ ਮੰਡੀ ਨਿਹਾਲ ਸਿੰਘ ਵਾਲਾ ਵਿੱਚ ਬਾਲਾ ਦੇ ਮੰਦਿਰ ਦੇ ਵਿੱਚ ਪ੍ਰਾਣ ਪ੍ਰਤਿਸ਼ਠਾ ਹੋਣ ਜਾ ਰਹੀ ਹੈ, ਤੇ 13 ਨੂੰ ਨਿਸ਼ਾਨ ਯਾਤਰਾ, 14 ਨੂੰ ਪ੍ਰਾਣ ਪ੍ਰਤਿਸ਼ਠਾ ਔਰ 16 ਫਰਵਰੀ ਨੂੰ ਬਾਲਾ ਜੀ ਦਾ ਜਾਗਰਣ ਹੈ, ਤਾਂ ਸਭ ਨੇ ਹੁਮਾ ਕੇ ਪਹੁੰਚਣਾ ਹੈ, ਬਾਲਾ ਦਾ ਆਸ਼ੀਰਵਾਦ ਪ੍ਰਾਪਤ ਕਰਨਾ। ਪ੍ਰਾਣ ਪ੍ਰਤਿਸ਼ਠਾ ਦੇ ਉਪਲਕਸ਼ ਦੇ ਵਿੱਚ ਅੱਜ 9 ਫਰਵਰੀ ਨੂੰ ਮੰਡੀ ਨਿਹਾਲ ਸਿੰਘ ਵਾਲਾ ਵਿੱਚ ਕਲਸ਼ ਯਾਤਰਾ ਕੱਢੀ ਗਈ, ਸਭ ਭਗਤਾਂ ਨੇ ਧੂਮਧਾਮ ਨਾਲ ਯਾਤਰਾ ਕੱਢੀ, ਹੁਮਾ ਕੇ ਪਹੁੰਚੇ। ਮੇਰੀ ਬਾਲਾ ਜੀ ਅੱਗੇ ਇਹੀ ਪ੍ਰਾਰਥਨਾ ਹੈ, ਬਾਲਾ ਜੀ ਸਾਰੇ ਉੱਪਰ ਆਪਣੀ ਕਿਰਪਾ ਬਣਾਈ ਰੱਖਣ, ਆਪਣਾ ਆਸ਼ੀਰਵਾਦ ਬਣਾਈ ਰੱਖਣ, ਸਭ ਦੀਆਂ ਇੱਛਾਵਾਂ ਪੂਰੀ ਕਰਨ। ਸਭ ਭਗਤਾਂ ਅੱਗੇ ਮੇਰੀ ਇਹੀ ਬੇਨਤੀ ਹੈ, ਜਦੋਂ ਹਰ ਰੋਜ਼ ਮੰਦਿਰ ਵਿੱਚ ਆਓ, ਕਿਉਂਕਿ ਅੱਜ 9 ਫਰਵਰੀ ਤੋਂ ਲੈ ਕੇ 16 ਫਰਵਰੀ ਤੱਕ ਹਰ ਰੋਜ਼ ਮੰਦਿਰ 'ਚ ਪ੍ਰੋਗਰਾਮ ਹੈ। 13 ਨੂੰ ਜ਼ਰੂਰ ਆਉਣਾ, ਕਿਉਂਕਿ ਨਿਸ਼ਾਨ ਯਾਤਰਾ ਹੈ। ਨਿਸ਼ਾਨ ਆਪਾਂ ਨੂੰ ਪਤਾ ਹੈ, ਬਾਲਾ ਜੀ ਦਾ ਨਿਸ਼ਾਨ ਹੈ, ਉਹਨਾਂ ਦਾ ਆਸ਼ੀਰਵਾਦ ਪੇ ਨਾਲ ਹੋਊਗਾ, ਤਾਂ ਵੱਧ ਤੋਂ ਵੱਧ ਜਿੰਨਾ ਹੋ ਸਕੇ 13 ਫਰਵਰੀ ਨੂੰ ਬਾਲਾ ਜੀ ਮੰਦਿਰ 'ਚ ਪਹੁੰਚੋ, ਆਪਣਾ ਆਸ਼ੀਰਵਾਦ ਪ੍ਰਾਪਤ ਕਰੋ, ਤੇ 16 ਨੂੰ ਬਾਲਾ ਜੀ ਦਾ ਜਾਗਰਣ ਹੈ, ਪ੍ਰਭੂ ਦੀ ਇੱਛਾ ਤੱਕ ਚੱਲੂਗਾ, ਉਹਨਾਂ ਦਾ ਆਸ਼ੀਰਵਾਦ ਆਪਾਂ ਲੈਣਾ। 13 ਤਰੀਕ ਨੂੰ 3 ਵਜੇ ਨਿਸ਼ਾਨ ਯਾਤਰਾ ਨਿਕਲਣੀ ਹੈ, ਤਾਂ ਸਾਰੇ ਭਗਤਾਂ ਨੂੰ ਬੇਨਤੀ ਹੈ, ਸਾਰੀ ਮੰਡੀ 'ਚ ਨਿਸ਼ਾਨ ਯਾਤਰਾ ਕੱਢੀ ਜਾਊਗੀ, ਤਾਂ ਸਾਰੇ ਭਗਤਾਂ ਨੂੰ ਬੇਨਤੀ, ਆਪਣੇ ਟਾਈਮ 'ਚੋਂ ਟਾਈਮ ਕੱਢ ਕੇ ਜ਼ਰੂਰ ਮੰਦਿਰ ਵਿੱਚ ਆਓ, ਆਪਣਾ ਰੱਥ ਵਗੈਰਾ ਲੈ ਕੇ ਆਓ, ਬਹੁਤ ਧੂਮਧਾਮ ਨਾਲ ਯਾਤਰਾ ਨਿਕਲਣੀ ਹੈ। ਜੈ ਸ਼੍ਰੀ ਸ਼ਾਮ, ਜੈ ਸ਼੍ਰੀ ਬਾਲਾ ਜੀ। ਜੈ ਸ਼੍ਰੀ ਸ਼ਾਮ, ਜੈ ਸ਼੍ਰੀ ਬਾਲਾ ਜੀ।
जैसा कि आप सबको पता है कि हमारे यहाँ मूर्ति स्थापना हो रहा है बालाजी का, और 14 तारीख को मूर्ति स्थापना है। शाम को स्वामी राम तीर्थ बाबा जी आएंगे, तो उनका प्रवचन सुनने के लिए भी सभी जरूर आए। मूर्ति स्थापना में सभी लोग जरूर शामिल हो। जय श्री श्याम, जय श्री बालाजी।